ਸਮਾਣਾ ਮੰਡਲ ਦੇ ਪਿੰਡ ਮਵੀ ਕਲਾਂ ਦਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜਾ ਸਕੂਲ ਹੈ ਪ੍ਰਾਇਮਰੀ ਐਲੀਮੈਂਟਰੀ ਸਕੂਲ ਜਿਹੜਾ ਕਿ ਇਸ ਟਾਈਮ ਇੱਕ ਤਲਾਬ ਦਾ ਰੂਪ ਧਾਰਨ ਕਰ ਚੁੱਕਿਆ ਹੈ ਔਰ ਸਕੂਲ ਦੇ ਜਿਹੜੇ ਕਮਰੇ ਹੈ ਉਹਨਾਂ ਦੇ ਵਿੱਚ ਵਿਦਿਆਰਥੀ ਤੋਂ ਕੀ ਆਉਣਾ ਕਿਉਂਕਿ ਇੰਨਾ ਪਾਣੀ ਹੈ ਇੱਥੇ ਸੱਪ ਅਤੇ ਮੱਛੀਆਂ ਇਸ ਪਾਣੀ ਵਿੱਚ ਹੈ ਜਿਹੜੇ ਕਿ ਜਿਹੜੇ ਛੋਟੇ ਵਿਦਿਆਰਥੀ ਹੈ ਕਿਉਂਕਿ ਪ੍ਰਾਇਮਰੀ ਸਕੂਲ ਦੇ ਵਿੱਚ 5-6 ਸਾਲ ਦਾ ਬੱਚਾ ਔਰ 12-13 ਸਾਲ ਤੱਕ ਬੱਚੇ ਆਉਂਦੇ ਹੈ ਉਹਨਾਂ ਕੀ ਜ਼ਿੰਦਗੀ ਨੂੰ ਖਤਰਾ ਹੈ ਔਰ ਇੱਥੇ ਹਾਲਾਤ ਕੀ ਹੈ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਇਸ ਪਿੰਡ ਦੇ ਵਾਸੀਆਂ ਤੋਂ ਵੀ ਕਿੰਨੇ ਸਾਲ ਤੋਂ ਇਸ ਸਮੱਸਿਆ ਤੋਂ ਜੂਝ ਰਹੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਗੁਰਨਾਮ ਕੌਰ ਹੈ ਹਾਂ ਗੁਰਨਾਮ ਕੌਰ ਜੀ ਹਾਂਜੀ ਕੀ ਹਾਲਾਤ ਹੈ ਸਕੂਲ ਦੇ ਹਾਲਾਤ ਜੀ ਬਹੁਤ ਮੰਦੇ ਨੇ ਹੁਣ ਤੁਸੀਂ ਦੇਖ ਰਹੇ ਹੋ ਮੱਛੀ ਆਉਂਦੇ ਨੇ ਸੱਪ ਆਉਂਦੇ ਨੇ 5 ਸਾਲ ਤੋਂ ਬੱਚਾ ਲੈ ਕੇ 7ਵੀਂ 5ਵੀਂ ਤੱਕ ਪੜ੍ਹਦੇ ਨੇ ਵੀ ਉਹਨਾਂ ਦਾ ਦੇਖ ਲਓ ਹਾਲ ਕੀ ਹੁੰਦਾ ਹੁਣ ਵਿੱਚ ਵੜੂਗਾ ਉਹ ਤੈਨੂੰ ਪਤਾ ਬਿਮਾਰੀ ਫੈਲੂਗੀ ਬਾਕੀ ਸਾਰੇ ਪਿੰਡ ਦਾ ਗੰਦ ਸਾਰਾ ਉਰੀ ਆਉਂਦਾ ਇਹ ਸਾਨੂੰ ਸਾਫ਼ ਹੋਣਾ ਚਾਹੀਦਾ ਕੋਈ ਪੰਚਾਇਤ ਨੇ ਕੋਈ ਕੁਛ ਨਹੀਂ ਕਰਦਾ ਕੋਈ ਆਇਆ ਹੁਣ ਤੱਕ ਕੋਈ ਨਹੀਂ ਆਇਆ ਹਜੇ ਕਿੰਨੇ ਸਾਲ ਤੋਂ ਸਮੱਸਿਆ ਹੈ ਇਹ ਸਮੱਸਿਆ ਹੈਗਾ ਮੈਨੂੰ ਲੱਗਦਾ ਵੀ 5-5 ਸਾਲ ਤੋਂ ਹੈ ਨਾ ਹਾਂ 5-6 ਸਾਲ ਹੋ ਗਏ 5-6 ਸਾਲ ਤੋਂ ਇਸ ਸਕੂਲ ਦੇ ਔਰ ਪਿੰਡ ਵਾਸੀ ਇਸ ਸਮੱਸਿਆ ਜੂਝ ਰਹੇ ਜਿਹੜੇ ਸਰਕਾਰੀ ਐਲੀਮੈਂਟਰੀ ਸਕੂਲ ਸਮਾਰਟ ਸਕੂਲ ਬਣਾ ਤੇ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਲੇਕਿਨ ਗਰਾਊਂਡ ਜ਼ੀਰੋ ਤੇ ਹਾਲਾਤ ਦੇਖੋ ਤੁਸੀਂ ਹਾਂਜੀ ਕੀ ਨਾਮ ਤੁਹਾਡਾ ਹਰਵਿੰਦਰ ਸਿੰਘ ਆਈ ਹਰਵਿੰਦਰ ਸਿੰਘ ਜੀ ਕੀ ਹਾਲਾਤ ਹੈ ਸਕੂਲ ਦੇ ਬਹੁਤ ਮਾੜੇ ਹਾਲਾਤ ਕਿੰਨੇ ਸਾਲਾਂ ਤੋਂ ਇਹ 5 ਸਾਲ ਹੋ ਗਏ ਜੀ ਤਾਂ ਕੋਈ ਅਧਿਕਾਰੀ ਆਇਆ ਸਿੱਖਿਆ ਨਾ ਜੀ ਕੋਈ ਨਹੀਂ ਉਰੇ ਪਹੁੰਚਿਆ ਜੀ ਹਾਂਜੀ ਪੰਚਾਇਤ ਕੀ ਕਰਦੀ ਹੈ ਪੰਚਾਇਤ ਕੁਛ ਨਹੀਂ ਕਰ ਰਹੀ ਤੇ ਬਾਕੀ ਨਾ ਕੋਈ ਪੰਚਾਇਤ ਕਰ ਰਹੀ ਹੈ ਨਾ ਤੇ ਕੋਈ ਸਰਕਾਰ ਕਰ ਰਹੀ ਹੈ ਜੀ ਕੋਈ ਆ ਕੇ ਇੱਥੇ ਹਾਲਾਤ ਨਹੀਂ ਦੇਖਦੀ ਕੋਈ ਵੀ ਕਿੱਧਰਾਂ ਦੇ ਬਣੇ ਨੇ ਛੋਟੇ ਛੋਟੇ ਬੱਚੇ ਆਉਂਦੇ ਨੇ ਜੀ ਬਾਹਰੋਂ ਵੀ ਰਸਤਾ ਦਿਖਾਇਆ ਜਾਵੇ ਤੇ ਠੀਕ ਆ ਨਾ ਬਾਹਰ ਵੀ ਹਾਲਾਤ ਮਾੜੇ ਨੇ ਸਕੂਲ ਦੇ ਅੰਦਰ ਕਮਰਿਆਂ ਦੇ ਵਿੱਚ ਵੀ ਪਾਣੀ ਬਹੁਤ ਬੜਿਆ ਪਿਆ ਜੀ ਸੱਪਾਂ ਦਾ ਵੀ ਬਹੁਤ ਖਾਤਰ ਆਈ ਸੱਪ ਸਲੂੰਡਰੀਆਂ ਮੱਛੀਆਂ ਸਾਰਾ ਕੁਛ ਆ ਰਿਹਾ ਜੀ ਉਰੇ ਤੇ ਇੱਥੇ ਤੁਸੀਂ ਪਿੰਡ ਵਾਸੀਆਂ ਕੀ ਦਾਸਤਾਂ ਸੁਣੀਏ 5 ਸਾਲ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਮਵੀ ਕਲਾਂ ਜਿਹੜਾ ਹੈ ਇੱਥੇ ਪੰਚਾਇਤ ਦੇ ਵੀ ਦੋਸ ਹੈਗੇ ਪੰਚਾਇਤ ਨੇ 5 ਸਾਲਾਂ 'ਚ ਕੋਈ ਕੰਮ ਨਹੀਂ ਕੀਤੇ ਸਿੱਖਿਆ ਵਿਭਾਗ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਿਸ ਦਾ ਖਾਮਿਆਜ਼ਾ ਇਸ ਪਿੰਡ ਦੇ ਬੱਚੇ ਜਿਹੜੇ ਛੋਟੇ ਨੰਨੇ ਮੁੰਨੇ ਬੱਚੇ ਉਹ ਭੁਗਤ ਰਹੇ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਹੈ ਔਰ ਬਰਸਾਤ ਹੋਣ ਦੇ ਬਾਅਦ ਵੀ 24 ਘੰਟੇ ਬੀਤ ਚੁੱਕੇ ਹੈ ਲੇਕਿਨ ਇਸ ਸਕੂਲ ਦੇ ਅੰਦਰ ਪਾਣੀ ਗੋਡੇ ਗੋਡੇ ਹੁਣ ਵੀ ਖੜ੍ਹਾ ਹੈ ਵਿਦਿਆਰਥੀ ਕੀ ਸਕੂਲ ਦੇ ਵਿੱਚ ਆਉਣਗੇ ਸਿੱਖਿਆ ਵਿਭਾਗ ਦੇ ਅਧਿਕਾਰੀ ਕਦ ਜਾਗਦੇ ਆਉਣ ਵਾਲਾ ਸਮੇਂ ਦੱਸੇਗਾ ਲੇਕਿਨ ਇਸ ਸਮੇਂ ਸਕੂਲ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹੈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਵੀ ਕਲਾਂ ਹਾਂ ਸਮਾਰਟ ਹੈ ਲੇਕਿਨ ਇਹ ਹਾਲਾਤ ਕੀ ਹੈ ਇਹਦੇ ਬਹੁਤ ਖਤਰੇ ਵਾਲੇ ਹਾਲਾਤ ਕੀ ਇਸ ਪਾਣੀ 'ਚ ਕੀ ਹੈ ਮੱਛੀਆਂ ਨੇ ਜੀ ਸੱਪ ਨੇ ਜੀ ਤੁਸੀਂ ਹੋਰ ਤੁਹਾਨੂੰ ਖਤਰਾ ਡਰ ਲੱਗਦਾ ਹਾਂਜੀ ਬਹੁਤ ਜ਼ਿਆਦਾ ਲੱਗਦਾ ਜੀ ਡਰ ਤੇ ਪਾਣੀ ਵੀ ਬਹੁਤ ਜ਼ਿਆਦਾ ਜੀ ਕਿੰਨਾ ਕਿੰਨਾ ਪਾਣੀ ਹੋਣਾ ਡੁੱਬ ਜਾਂਦਾ ਬੱਚਾ ਛੋਟੇ ਬੱਚੇ ਹਾਂਜੀ ਠੀਕ ਸਰਪੰਚ ਮਵੀ ਕਲਾਂ ਹਾਂ ਦਰਸ਼ਨ ਸਿੰਘ ਜੀ ਜਿਹੜੇ ਹਾਲਾਤ ਸਕੂਲ ਕਿ ਤੁਸੀਂ ਦੇਖ ਰਹੇ ਹੋ ਪ੍ਰਾਇਮਰੀ ਦੇ ਕਲਾਸਾਂ 'ਚ ਪਾਣੀ ਫਿਰਦਾ ਬੱਚੇ ਛੋਟੇ ਛੋਟੇ ਆਉਂਦੇ ਆ ਸਭ ਪੈ ਮੱਛੀ ਉੱਥੇ ਫਿਰ ਰਹੀ ਹੈ ਅਤੇ ਕੀ ਹੋ ਸਕਦਾ ਕੀ ਇਹਦੇ ਵਾਸਤੇ ਕੁਝ ਕੀਤਾ 5 ਸਾਲਾਂ 'ਚ ਤੁਸੀਂ 5 ਸਾਲਾਂ ਦੇ ਵਿੱਚ ਸਰਕਾਰ ਨੇ ਜਿਹੜੀ ਹੁਣ ਨਵੀਂ ਸਰਕਾਰ ਬਣੀ ਹੈ ਜੀ ਉਹਨਾਂ ਨੇ ਤਾਂ ਸਾਨੂੰ 1 ਰੁਪਇਆ ਨਹੀਂ ਦਿੱਤਾ 2.5 ਸਾਲ 'ਚ 2.5 ਸਾਲ 'ਚ 1 ਪੈਸਾ ਨਹੀਂ ਭੇਜਿਆ ਜੋ ਵੀ ਕੋਈ ਕਿੱਸਾ ਜਾਂ ਸੈਂਟਰ ਦੀ ਹੋਈ ਹੈ ਜੀ ਅਤੇ ਉਹਦੇ ਵਿੱਚੋਂ ਥੋੜ੍ਹਾ ਮੋਟਾ ਅਸੀਂ ਆ ਵੱਡੇ ਸਕੂਲ 'ਚ ਕੰਮ ਕਰਿਆ ਇਹਦਾ ਵੀ ਲਿਖ ਕੇ ਭੇਜਿਆ ਹਜੇ ਹਜੇ ਤੱਕ ਕੋਈ ਪੈਸਾ ਨਹੀਂ ਆਇਆ ਬਾਕੀ ਹੈ ਵੀ ਜੇ ਜ਼ਿੰਦਗੀ ਖਤਰਾ ਹੈ ਬਹੁਤ ਜੀ ਉਹਦਾ ਇੱਕ ਪਹਿਲਾਂ ਬੱਚਾ ਡੁੱਬ ਕੇ ਵੀ ਮਰ ਗਿਆ ਜੀ ਇੱਥੇ ਹਾਂਜੀ ਹਾਂ ਉਹ ਉੱਥੇ ਬੱਚਾ ਡੁੱਬ ਕੇ ਵੀ ਮਰ ਗਿਆ ਜੀ ਹੁਣ ਪਾਣੀ ਬਹੁਤ ਜ਼ਿਆਦਾ ਬੜਿਆ ਖੜਿਆ ਕਿੰਨੇ ਟਾਈਮ ਪਹਿਲਾਂ ਮਰਿਆ ਬੱਚਾ ਇਹ ਜੀ ਹੋ ਗਏ ਕੋਈ ਤਕਰੀਬਨ 3.5 ਸਾਲ ਹੋ ਗਏ ਜੀ ਐਸੀ ਭਾਈਚਾਰੇ ਦਾ ਬੱਚਾ ਤੇ ਉਹ ਡੁੱਬ ਕੇ ਵਿੱਚ ਮਰ ਗਏ ਇਹ ਪਾਣੀ ਖੜਦਾ ਸਕੂਲ ਤਾਂ ਹਾਂ ਡੁੱਬ ਇਸੇ ਕਰਕੇ ਹੋਇਆ ਜੀ ਇਹ ਸਰ ਮੈਂ 21-21 ਨੂੰ ਇੱਥੇ ਆਇਆ ਜੀ 4 ਸਾਲ ਹੋ ਗਏ 4 ਸਾਲ ਹੋ ਗਏ ਨੇ ਤੇ ਇਹ ਜਿਹੜੀ ਪ੍ਰੋਬਲਮ ਹੈ ਪਾਣੀ ਨਿਕਾਸੀ ਦੀ ਹਾਂਜੀ ਇਹ ਕਿੰਨੇ ਟਾਈਮ ਤੋਂ ਇਹਦੇ ਬਾਰੇ ਕੋਈ ਅਧਿਕਾਰੀਆਂ ਨੂੰ ਲਿਖਿਆ ਤੁਸੀਂ ਸਿੱਖਿਆ ਵਿਭਾਗ ਦੇ ਹਾਂਜੀ ਜਦੋਂ ਇਹ ਕੰਧ ਡਿੱਗੀ ਉਸ ਤੋਂ ਬਾਅਦ ਅਸੀਂ ਲਿਖਤਾ ਸੀ ਡਿਪਾਰਟਮੈਂਟ ਨੂੰ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਿਆ ਹੁਣ ਵੀ ਅਸੀਂ 9-7 ਨੂੰ ਵੀਡੀਓ ਸਾਹਿਬ ਨੂੰ ਦੇ ਕੇ ਆਏ ਹਾਂ ਐਪਲੀਕੇਸ਼ਨ ਆਪਣੇ ਡਿਪਾਰਟਮੈਂਟ ਨੂੰ ਦਿੱਤੀ ਹੋਈ ਹੈ ਵੀਡੀਓ ਸਾਹਿਬ ਨੂੰ ਦੇ ਕੇ ਗਏ ਹਾਂ ਪੰਚਾਇਤ ਵਿਭਾਗ ਨੂੰ ਦੇ ਹਾਂਜੀ ਪੰਚਾਇਤ ਵਿਭਾਗ ਨੂੰ ਦੇ ਦਿਓ ਅਤੇ ਸੈਕਟਰੀ ਜਸਵੀਰ ਸਿੰਘ ਉਹ ਦੇਖ ਕੇ ਵੀ ਗਏ ਨੇ ਉਸ ਤੋਂ ਬਾਅਦ ਬਾਰਿਸ਼ ਹੋ ਗਈ
ਉਹਨਾਂ ਨਾਲੋਂ ਕਿਹਾ ਗਿਆ ਸੀ ਅਸੀਂ ਕੰਧ ਕਢਾ ਦਾਂਗੇ ਇੱਕ ਅੱਧੇ ਦਿਨ 'ਚ ਮਿਸਤਰੀ ਹਾਲਾਤ ਕੇ 24 ਘੰਟੇ ਬਰਸਾਤ ਬੰਦ ਹੋ ਗਈ ਹੈ ਹਾਂਜੀ ਹਾਂਜੀ 24 ਘੰਟੇ ਬਾਅਦ ਹੀ ਪਾਣੀ ਖੜਿਆ ਹਾਂਜੀ ਹਾਂ ਬਰਸਾਤ ਬੰਦ ਹੋਣ ਤੋਂ ਬਾਅਦ ਪਾਣੀ ਐਂਟਰ ਹੋਇਆ ਅੰਦਰ ਦੁਪਹਿਰੇ 2 ਵਜੇ ਤੱਕ ਪਾਣੀ ਹੈ ਨਹੀਂ ਸੀ ਅੰਦਰ ਬਰਸਾਤ ਕੇ ਬਾਅਦ ਪਿੰਡ ਕਾ ਪਾਣੀ ਆਉਂਦਾ ਹਾਂ ਪਿੰਡ ਕਾ ਪਾਣੀ ਆਉਂਦਾ ਸਰ ਜਿਹੜੀ ਪੰਜਾਬ ਸਰਕਾਰੀ ਪ੍ਰਾਈਵੇਟ ਸਕੂਲ ਮੋਦੀ ਕਲਾਂ ਵਿਖੇ ਪਾਣੀ ਆ ਗਿਆ ਉਹ ਹਾਲ ਦੀ ਘੜੀ ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਬੱਚਿਆਂ ਦੀਆਂ ਕਲਾਸਾਂ ਉਹ ਸਰਕਾਰੀ ਹਾਈ ਸਕੂਲ ਮੋਦੀ ਕਲਾਂ ਵਿਖੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਸਕੂਲ ਇੰਚਾਰਜ ਨੂੰ ਕਹਿ ਦਿੱਤਾ ਗਿਆ ਕਿ ਬੱਚਿਆਂ ਦੀ ਸੇਫਟੀ ਧਿਆਨ ਰੱਖਦੇ ਹੋਏ ਸੜਕ ਵੀ ਸਹੀ ਤਰ੍ਹਾਂ ਪਾਰ ਕਰਾਈ ਜਾਵੇ ਅਤੇ ਬੱਚਿਆਂ ਦੀ ਪੂਰੀ ਸੇਫਟੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਜਿਹੜੀ ਚਾਰਦੀਵਾਰੀ ਦਾ ਕੰਮ ਹੈ ਉਹ ਅਸੀਂ ਵੈਰੀਫਿਕੇਸ਼ਨ ਵੀ ਕਰ ਦਿੱਤੀ ਗਈ ਹੈ ਪਹਿਲਾਂ ਮਹਿਕਮੇ ਨੂੰ ਵੀ ਲਿਖ ਦਿੱਤਾ ਗਿਆ ਸੀ ਅਤੇ ਵੈਰੀਫਿਕੇਸ਼ਨ ਵੀ ਹੋ ਗਈ ਹੈ ਉਸਦੀ ਗਰਾਂਟ ਵੀ ਜਲਦੀ ਆ ਜਾਵੇ।